ਜਿਨੂੰ ਕੋਈ ਪਲੇਟ 'ਚ ਸਲਣ ਨਹੀਂ ਨਾ ਪਾ ਕੇ ਦੇਂਦਾ ਦੂਜੀ ਦਫਾ ਜਦੋਂ ਮੁੱਕ ਜਾਂਦਾ ਨਾ ਕਿ ਜੀ ਮੈਨੂੰ ਸਲਣ ਪਾ ਕੇ ਦੇ ਉਹ ਤੁਸੀਂ ਉਹਨਾਂ ਨੂੰ ਇੱਕ ਨੂੰ ਤੁਸੀਂ ਫੀਲਡਿੰਗ ਕੋਚ ਬਣਾਇਆ ਇੱਕ ਨੂੰ ਤੁਸੀਂ ਬੈਟਿੰਗ ਬੈਟਿੰਗ ਕੋਚ ਬਣਾਇਆ ਉਹ ਕੌਣ ਲੋਗ ਹੋ ਯਾਰ ਤੁਸੀਂ ਕੌਣ ਲੋਗ ਹੁਣ ਦੇਖੋ ਤੁਸੀਂ ਤੁਹਾਡੇ ਕੋਚਾਂ ਦੇ ਇਹਨਾਂ ਦੋਨਾਂ ਦੇ ਨਾਂ ਨਾ ਕੀ ਨੇ ਇੱਕ ਦਾ ਨਾਮ ਹੈ ਐਂਟਰੀ ਬਟਕ ਉਹ ਜਿਹਨੇ ਪੂਰੀ ਜ਼ਿੰਦਗੀ ਇੱਕ ਹੀ ਮੈਚ ਖੇលਿਆ ਇੱਕ ਹੀ ਮੈਚ ਔਰ ਜਿਹੜਾ ਖੇលਿਆ ਮੇਰੇ ਖਲ ਉਹ ਵੀ ਅੱਲਾ ਮਾਫ ਕਰੇ ਉਹ ਚ ਵੀ ਉਹਦੀ ਵਾਰੀ ਨਹੀਂ ਆਈ ਸ਼ਾਇਦ ਮਤਲਬ ਤੁਸੀਂ ਬੈਟਿੰਗ ਕੋਚ ਉਹਨੂੰ ਬੜਾਇਆ ਤੁਸੀਂ ਹੁਣ ਆ ਗਏ ਤੁਸੀਂ ਫੀਲਡਿੰਗ ਕੋਚ ਬਲ ਸਾਡੇ ਨੇ ਉਹਨਾਂ ਦਾ ਕੀ ਨਾਂ ਹੈ ਜੀ आफताब ਖਾਨ ਸਾਹਿਬ ਓਏ ਉਹਦੀ ਕੀ ਕ੍ਰੈਡੀਬਿਲਿਟੀ ਹੈ ਮੈਨ ਦੱਸੋ ਤੇ ਸਹੀ ਕਿਹੜੇ ਕੋਈ ਉਹਨੇ ਕੋਈ ਮੀਆਂ ਦਾ ਦੇਓ ਉਹ ਕੋਈ ਉਹ ਕੌਣ ਹੈ ਉਹ ਉਹ ਕਿਹੜਾ ਮੈਚ ਖੇលਿਆ ਮੈਂ ਤੇ ਜਦੋਂ ਮੈਂ ਅੱਜ ਇੰਟਰਨੈਟ ਤੇ ਪੜਿਆ ਮੇਰੇ ਤੇ ਹੱਸ-ਹੱਸ ਕੇ ਬੁਰਾ ਅਸ਼ਰ ਉਹ ਬਣ ਗਿਆ ਯਾਰ ਕੌਣ ਲੋਗ ਤੁਸੀਂ ਪੀਸੀ ਪੀਸੀਬੀ ਵਾਲੇ ਕੌਣ ਕੌਣ ਲੋਗ ਹੋ ਯਾਰ ਉਏ ਅਸੀਂ 8 ਘੰਟੇ ਬੇਡਾਗਰ ਕਰਕੇ ਆਪਣੀ ਟੀਵੀ ਦੇ ਕੇ ਬਹਿਨੇ ਆਂ ਔਰ ਤੁਹਾਡੀ ਗੰਦੀ ਬੋਲਿੰਗ ਉਹ ਤੁਸੀਂ ਕੀ ਸਖਾ ਗਿਰ ਰਿਹਾ ਮੈਨੂੰ ਦੱਸੋ ਤੁਸੀਂ ਸ਼ਾਹਨ ਅਫਰੀਦੀ ਮੇਰੀ ਗੱਲ ਜ਼ਿੰਜੇ ਰੱਖਣਾ ਯਹੂਦੋ ਨਸਾਰਾ ਤੁਹਾਡੇ ਹੋ ਹੀ ਨਹੀਂ ਸਕਦੇ ਇਹ ਜਿਹੜੇ ਕਾਫਰ ਨੇ ਨਾ ਕਾਫਰ ਤੁਸੀਂ ਇਹਨਾਂ ਦੀ ਗੋਦੀਆਂ 'ਚ ਬੰਦੇ ਹੋ ਜਾ ਕੇ ਇਹਨਾਂ ਦੀ ਝੋਲੀਆਂ 'ਚ ਬੈਠੇ ਫਿਰ ਤੁਹਾਨੂੰ ਲੋਰੀਆਂ ਦਿੰਦੇ ਨੇ ਇੰਜ ਇੰਜ ਕਰਕੇ ਔਰ ਤੁਹਾਨੂੰ ਚੰਗੀ ਫੰਡ ਪੈ ਰਹੀ ਔਥੇ ਅਫਗਾਨਿਸਤਾਨ ਨੇ ਵੀ ਫੰਡਿਆ ਤੁਹਾਨੂੰ ਇੰਡੀਆ ਨੇ ਵੀ ਫੰਡਿਆ ਔਰ ਔਰ ਮੇਰੇ ਮੂੰਹੋਂ ਨਿਕਲ ਜਾਣਾ ਕੁਛ ਬਲੱਡ ਪ੍ਰੈਸ਼ਰ ਉਸ ਦਿਨ ਦਾ ਨਹੀਂ ਆਇਆ ਠੀਕ ਮਤਲਬ ਫੀਲਡਿੰਗ ਕੋਚ ਕੀ ਕਰ ਰਿਹਾ ਹੈ بیٹنگ ਕੋਚ ਕੀ ਕਰ ਰਿਹਾ ਹੈ ਇਹ आफताब ਇਹ ਇਹ ਕੌਣ ਹੈ ਯਾਰ ਇਹ ਕੌਣ ਹੈ ਉਹ ਗਲੀ ਮਹੱਲੇ ਚ ਵੀ ਜਿਹੜਾ ਖੇਲ ਰਿਹਾ ਹੁੰਦੇ ਨੇ ਉਹਨੂੰ ਵੀ ਪਤਾ ਹੁੰਦਾ ਹੈ ਕਿ ਮੈਂ ਫੀਲਡਿੰਗ ਕਿਸ ਤਰ੍ਹਾਂ ਕਰਨੀ ਹੈ ਔਰ ਤੁਸੀਂ ਕੈਚਿੰਗ ਪ੍ਰੈਕਟਿਸ ਕੀ ਕਰਾ ਰਹੇ ਹੋ ਕਿ ਜਿਹੜਾ ਹੱਥਾਂ 'ਚ ਕਾਇਆ ਜਾ ਰਿਹਾ ਉਹਨੂੰ ਵੀ ਤੁਸੀਂ ਛੱਡ ਰਹੇ ਹੋ ਹੈਰਤ ਹੈ ਯਾਰ ਮੈਂ ਤਾਂ ਵੈਸੇ ਹੈਰਾਨ ਹ ਕਿ ਇਹ ਐਂਡਰਿਊ ਬਟਕ ਤੇ ਦੂਜਾ आफताब ਸਾਹਿਬ ਕਰ ਦੇਗੀ ਪੈਣ ਉਹ ਐਡੀ ਐਡੀ ਤੁਹਾਡੀ ਸੈਲਰੀ 25 25 ਲੱਖ 30 30 ਲੱਖ 40 40 ਲੱਖ ਉਹ ਐਡੀ ਤੇ ਮੇਰੇ ਖਿਆਲ ਸੈਲਰੀ ਚੀਫ ਆਫ ਆਰਮੀ ਸਟਾਫ ਦੀ ਵੀ ਨਹੀਂ ਹੈਗੀ ਕਿ ਜਿਹਨੇ ਉਹ ਐਟਮ ਬਣਾਇਆ ਔਰ ਉਹ ਉਹਦੇ ਉਹ 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 ਕੋਈ ਐਟੋਮਿਕ એનર્ਜੀ ਨਾਲ تعلق ਹੈ ਔਰ ਮੇਰੀ ਵਾਸਤੇ ਰਿਕਵੈਸਟ ਹੈ ادارے ਨਾਲ ਕਿ ਪੀਸੀਬੀ ਦਾ ਵੀ ਹੋਣ ਇੱਕ ਇੰਟਰਨਲ ਆਡਿਟ ਜਿਹੜਾ ਕਰਦੇ ਨਾ ਅੰਦਰ ਅੰਦਰ ਖਾਤੇ ਆਪ ਸੈਂਟਰਲ ਕੰਟਰੈਕਟ ਇਹਨੇ ਦਾ ਦੇ ਦੋ 5 ਲੱਖ ਉਹਨੂੰ ਦੇ ਦੋ ਇਨਜਮਾਮੁਲ ਹਕੀ ਕਰ ਰਿਹਾ ਓਥੇਲਾ ਮੈਨ ਦੱਸੋ ਬਹੁਤ ਅੱਛਾ ਪਲੇਅਰ ਹੈ ਮੰਨਿਆ ਸਾਡਾ ਸਟਾਰ ਸੀ ਉਹ ਲੇਕਿਨ 25 ਲੱਖ ਤੂੰ ਕਿਸ ਚੀਜ਼ ਦਾ ਲੈ ਰਿਆ ਕਿ ਟੀਮ ਨੂੰ ਜੁੱਤੀਆਂ ਪੈ ਰਹੀਆਂ ਚਪੇੜਾਂ ਪੈ ਰਹੀਆਂ ਲਿੱਤਰ ਪੈ ਰਹੇ ਨੇ ਇਹ ਮੇਰੇ ਬੱਚੇ ਜਿਹੜੇ ਨੇ ਇਹ ਬੜੀ ਤਿਆਰੀ ਨਾਲ ਕੋਈ ਤਕੀਆ ਲਾ ਕੇ ਕੋਈ ਟੇਕ ਲਾ ਕੇ ਮੈਚ ਦੇਖਣਾ ਚਾਹੁੰਦਾ ਔਰ ਤੁਸੀਂ ਐਸੀ ਲਿੱਦ ਕਰਦੇ ਹੋ ਜਨਾਬੇ ਦੀ ਐਸੀ ਲਿੱਦ ਕਰਦੇ ਹੋ ਖੁਦਾ ਦੇ ਬੰਦੇ ਕੌਣ ਲੋਗ ਹੋ ਯਾਰ ਤੁਸੀਂ